ਸਾਰਿਆਂ ਨੂੰ ਸਾਡੇ ਚੈਨਲ 'ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਇੱਕ ਟਰੈਕਟਰ ਮਾਡਲ ਤਿਆਰ ਕੀਤਾ ਸੀ, ਅੱਜ ਉਸ ਦੀ ਇੱਕ ਰਿਵਿਊ ਦੇਣ ਜਾ ਰਹੇ ਹਾਂ। ਇਸ ਵਿੱਚ ਅਸੀਂ ਬੜੀ 12 ਵੋਲਟ ਵਾਲੀ ਮੋਟਰ ਲਾਈ ਆ, ਅਤੇ ਇਹਦੇ ਵਿੱਚ ਅਸੀਂ ਮਾਡਲ ਕਿੰਨੇ ਤਿੰਨ ਚਾਰ ਮਾਡਲ ਵਾਲੇ ਟਾਇਰ ਇਕੱਠੇ ਕਰਕੇ ਕੀਤੇ ਆ, ਅਤੇ ਆਹ ਸ਼ੋਅ ਵਾਸਤੇ ਆ ਘਰ ਦੇ ਕੋਈ ਵੀ ਸਮਾਨ ਨਾ ਬਣਾਏ ਗਿਆ, ਅਤੇ ਆਹ ਸਲੰਸਰ ਹੋਰ ਕਿਸੇ ਟਰੈਕਟਰ ਦਾ ਦਿੱਤਾ ਆ, ਅਤੇ ਆਹ ਇੱਥੇ ਵੇਟ ਪਾਏ ਉਹਦੇ 'ਤੇ ਸ਼ੋਅ ਟਕਾਈ ਹੋਗਾ ਸਾਰਾ ਵੇਟ ਆ, ਅਤੇ ਆਹ ਟਰਾਲੀ ਅਸੀਂ ਇੱਕ ਕਲਰ ਦੇ ਬੋਕਸ ਨਾਲ ਬਣਾਈ ਆ, ਅਤੇ ਉਹਦੇ ਵਿੱਚ ਟਾਇਰ ਲਾ ਕੇ ਇਹ ਸਾਰਾ ਬਣਾਇਆ ਗਿਆ ਆ। ਅਤੇ ਆਹ ਸਾਡੇ ਜਿਹੜੀ ਗਰਾਨੀ ਤੁਸੀਂ ਕਿਸੇ ਵੀ ਟਵਾਈ 'ਚ ਲੈ ਸਕਦੇ ਆ, ਅਤੇ ਆਹ ਵੀ ਸਾਡੇ ਘਰ ਹੀ ਇਹ ਗੇਅਰ ਬੋਕਸ ਦਾ ਸੀਗਾ, ਪੁਰਾਣਾ ਪਿਆ ਸੀ ਉਹ ਨਾ ਬਣਾ ਕੇ ਕੀਤਾ ਲਾਇਆ ਗਿਆ ਆ, ਅਤੇ ਆ ਗਿਆ ਐਂਪ ਵੀ ਆਪ ਬਣਾਇਆ ਗਿਆ, ਅਤੇ ਸ਼ੋਅ ਉੱਪਰਲੀ ਹੁੱਡ ਇਹ ਫਾਈਬਰ ਹੁੱਡ ਆਪ ਕਿਸੇ ਟਰੈਕਟਰ ਦੀ ਕੱਢ ਕੇ ਉਹ 'ਤੇ ਲਾਈ ਗਈ ਇਹ ਵੀ ਪੁਰਾਣੇ ਟਰੈਕਟਰ ਦੀ, ਅਤੇ ਗਰਾਨੀਆਂ ਵੀ ਤੁਸੀਂ ਜਿੱਥੋਂ ਮਰਜ਼ੀ ਲੈ ਸਕਦੇ ਕੁਛ ਕਟਵਾਈ ਦੀ। ਜਿਹੜੀ ਅਸੀਂ ਮੋਟਰ ਲਾਈ ਹੈ ਐਮ ਸੀਲਾਂ ਨਹੀਂ ਲਾਈ ਹੈ, ਸਾਰਾ ਸਮਾਨ ਅਸੀਂ ਪਹਿਲਾਂ ਲਾਈ ਸੀ, ਐਮ ਸੀਲ ਉਹ ਲੈ ਜਾਂਦੀ ਆ ਵਧੀਆ ਨਹੀਂ, ਨਾਲ ਸੁੱਕਦੀ ਨਹੀਂ ਥੋੜ੍ਹੀ ਕਿਤੇ, ਅਤੇ ਅਸੀਂ ਆ ਚੁੱਲ੍ਹੇ ਵਾਲੀ ਸਵਾਹ ਨਾ ਉੱਤੇ ਲਾ ਕੇ ਸਫੈਗ ਇੱਕ ਨਾਲ ਭਰ ਕੇ ਬਣਾਇਆ ਸਾਰਾ ਹੀ। ਬਸ ਇੱਥੇ ਐਮ ਸੀ ਲਾਈ ਸੀਗੀ, ਉਹ ਵੀ ਹਲੇ ਤੱਕ ਸੁੱਕੀ ਨਹੀਂ, ਹਲੇ ਵੀ ਗਿੱਲੀ ਉਹ ਵੀ, ਅਤੇ ਆ ਸਾਰਾ ਉਹਨਾਂ ਬਣਾਇਆ ਆ ਸਫੈਗ ਇੱਕ ਲਾ ਕੇ ਇਹਦਾ, ਅਤੇ ਵੇਟ ਸਾਰਾ ਕੁਛ ਲਾ ਕੇ ਆ ਵੀ ਇਹ ਇਹਦੇ ਨਾਲ ਸੀ। ਮੇਨ ਐਕਸਲ ਆ, ਤੁਸੀਂ ਬਿਲਕੁਲ ਵੀ ਪਤਲੀ ਰੋਡ ਨਾ ਯੂਜ਼ ਕਰਿਓ, ਕਿਸੇ ਦੁਕਾਨ 'ਤੇ ਜਾ ਕੇ ਸਾਈਕਲ ਦੀ ਉੱਥੋਂ ਦੇਖ ਕੇ ਮੋਟੀ ਰੋਡ ਹੋਵੇ ਜਿਹੜੀ ਵੇਟ ਰੱਖੇ ਅਤੇ ਬਿੰਗੀ ਨਾ ਹੋਵੇ, ਉਹ ਇੱਦਾਂ ਦੀ ਰੋਡ ਤੁਸੀਂ ਫਿੱਟ ਕਰਿਓ ਇਹਦੇ ਵਿੱਚ। ਵੀ ਅਗਰਾਲੀ ਅਸੀਂ ਇੱਦਾਂ ਫਿੱਟ ਕੀਤੇ, ਤੁਸੀਂ ਦੇਖ ਸਕਦੇ ਹੋ ਸਕਰੀਨਸ਼ੋਟ ਲੈ ਕੇ ਤੁਸੀਂ ਬਣਾ ਸਕਦੇ ਹਾਂ ਇੱਦਾਂ ਸਾਰੇ ਬਣਾ।